ਕੀ ਤੁਸੀਂ ਇਹ ਸਮਾਨ ਤੋਂ ਦੇਖ ਹੀ ਸਕਦੇ ਹੋ ਚਿਹਰੇ ਤੇ ਕਿੰਨੀ ਖੁਸ਼ੀ ਹੈ ਸਾਸੂ ਮਾਂ ਦੇ ਆਉਣ ਦੀ। ਮੈਂ ਕਿਹਾ ਸਾਸੂ ਮਾਂ ਨੂੰ ਨਾ ਪਨੀਰੋਂ ਪਨੀਰ ਕਰਕੇ ਭੇਜਣਾ, ਵਧੀਆ ਖਵਾ ਕੇ ਭੇਜਣਾ, ਇਹੋ ਜਿਹੀ ਚੀਜ਼ਾਂ ਖਵਾਣੀਆਂ ਸਾਸੂ ਮਾਂ ਖੁਸ਼ ਰਹਿਣ ਸਾਡੇ, ਤੇ ਅਸੀਂ ਵੀ ਖਾਵਾਂਗੇ ਉਸੇ ਬਹਾਨੇ। ਸੋਹਰਾ ਸਾਹਿਬ ਨੇ ਵੀ ਆਉਣਾ ਵਾ ਉਸੇ ਬਹਾਨੇ, ਅਸੀਂ ਵੀ ਖਾਵਾਂਗੇ ਥੋੜਾ ਵਧੀਆ ਵਧੀਆ। ਵੈਸੇ ਤੁਸੀਂ ਖਾਣੇ ਵਧੀਆ ਵਧੀਆ, ਉਹ ਤਾਂ ਖਾਣੇ ਤੇ ਵਧੀਆ ਵਧਾਈ ਆ। ਹੁਣ ਆਪਾਂ ਚੱਲੇ ਆ, ਮੰਮੀ ਲੈਣਾ ਨਾ, ਹਾਂ ਤੇ ਸ਼ੋਪਿੰਗ ਕਰ, ਨਾਲੇ ਜ਼ਿੰਮੇਵਾਰੀਆਂ ਪੈ ਗਈਆਂ ਇੱਥੇ ਆ ਗਏ। ਹੁਣ ਟੈਨਸ਼ਨ ਹੁੰਦੀ ਹੈ ਨਾ ਘਰ ਦੇ ਰੈਸ਼ਨ ਪਾਣੀ ਦੀ, ਪਤਾ ਗੱਲ ਕੀ ਇਮੇਜ ਵਧੀਆ ਰੱਖਣੀ ਪੈਂਦੀ ਹੈ। ਹਾਂ ਉਹੀ ਆ, ਹਾਂ ਕੀ ਕਹਿ ਰਹੇ। ਹਾਂਜੀ ਮੈਂ ਕਿਹਾ ਤੇ ਜ਼ਿੰਮੇਵਾਰੀਆਂ ਨਹੀਂ ਕਰਦਾ ਵਰਦਾ, ਮੈਂ ਮੇਰੀਆਂ ਅੱਖਾਂ ਜ਼ਮੀਨ ਤੇ ਪੈ ਜੀ। ਚਾਹ ਆਇਆ ਹੁਣ ਨੀਂਦ ਆ ਰਹੀ ਇਹਨੂੰ, ਜਾ ਕੱਲਾ ਇਹਦੇ। ਐ ਮੈਂ ਬੋਡੀਗਾਰਡ ਹੁੰਦਾ, ਮੈਂ ਬਾਹਰ ਆਉਂ ਦੋ ਕਿਲੋ ਹੋ ਜਾਓ, ਨਿਕਲ ਹੋ ਗਿਆ ਦੋ ਕਿਲੋ। ਹੋਰ ਕੀ ਲੈਣਾ? ਪਨੀਰ ਵੀ ਦੇ ਦੋ, ਹੋਰ ਮਾਨੀ ਭੁਜੀਏ ਵਗੈਰਾ ਹੈ ਨਾ ਅੰਕਲ ਜੀ, ਭੁਜੀਏ ਵਗੈਰਾ ਵੀ ਦੇ ਦਿਓ, ਭੁਜੀਏ ਦੇ ਦਿਓ, ਆਲੂ ਭੁਜਿਆ ਲੈਂਦੇ ਹਾਂ। ਬਾਕੀ ਵੇਖ ਲਾ ਕੀ ਲੈਣਾ, ਮੈਨੂੰ ਇੰਨਾ ਪਤਾ ਵਾ। ਆਪਾਂ ਇੰਨਾ ਸਮਾਨ ਲੈ ਲਿਆ ਵਾ, ਥੋੜ੍ਹਾ ਬਹੁਤ ਜਿੰਨਾ ਆਪਾਂ ਨੂੰ ਮੇਨ ਮੇਨ ਚਾਹੀਦਾ ਸੀਗਾ। ਹੁਣ ਆਪਾਂ ਸਬਜ਼ੀਆਂ ਲੈਣੀਆਂ ਵਾ, ਸਬਜ਼ੀ ਵਾਲਾ ਵੀ ਇੱਥੇ ਸਿਸਟਮ ਹੈਗਾ, ਉੱਧਰ ਭਾਈ ਤੇ ਫਰੂਟ ਵੀ ਹੈਗੇ ਆ, ਸਭ ਕੁਛ ਹੈਗਾ। ਅਤੇ ਬਸ ਹੁਣ ਚੱਲੇ ਹਾਂ, ਪਨੀਰ ਇੱਥੇ ਇੱਕ ਪੈਕਟ ਹੀ ਸੀਗਾ, ਆਪਾਂ ਨੂੰ ਦੋ ਚਾਹੀਦੇ ਆ। ਹੁਣ ਅਗਲੀ ਦੁਕਾਨ 'ਤੇ ਵੇਚਦੇ ਹਾਂ, ਰੱਖਣੇ ਗੱਡੀ 'ਚ ਬੜੇ ਪਨੀਰ ਲੈ ਆਈਏ, ਠੀਕ ਹੈ? ਚਲੋ ਤੁਹਾਨੂੰ ਪਤਾ ਕੇਲੇ ਜ਼ਿਆਦਾ ਖਾਂਦਾ ਵਾ ਜਿਮ ਵਾਸਤੇ, ਇੱਥੇ ਜਿਮ ਤਾਂ ਲੱਗਦੀ ਨਹੀਂ ਹੈਗੀ, ਡਾਇਟ ਤਾਂ ਜ਼ਰੂਰੀ ਪੂਰੀ, ਅਤੇ ਮਾਨੀ ਸਬਜ਼ੀਆਂ ਲੈ ਆਉਂਦੀ ਆ। ਅਤੇ ਆਪਣਾ ਮਾੜਾ ਸਮਾਨ ਰੱਖ ਦਈਏ ਆਪਾਂ ਕਿਹਾ, ਅਤੇ ਆਪਾਂ ਹੁਣ ਸਿਲੰਡਰ ਭਰਾਉਣਾ ਵਾ, ਸਿਲੰਡਰ ਆਪਣਾ ਮੁੱਕ ਗਿਆ, ਆਪਾਂ ਹੁਣ ਵੱਡਾ ਵੀ ਲੈ ਜਾਣਾ ਸਿਲੰਡਰ, ਅਤੇ ਐਮਰਜੈਂਸੀ ਛੋਟਾ ਲਿਆਉਂਦਾ ਸੀਗਾ। ਅਤੇ ਮਾਨੀ ਕੱਢ ਯਾਰ, ਪੈਪ ਨੀ ਪਾ ਦਿੰਦਾ ਮੱਥਣੀ ਕਿੱਦਾਂ। ਚਲੋ ਮਿੱਤਰੋ ਕੋਈ ਨੀ, ਆਪਾਂ ਸਿਲੰਡਰ ਭਰਾਉਣ ਚੱਲੇ ਹਾਂ, ਥਕਾਨ ਪੂਰੀ ਪੂਰੀ ਹੋ ਗਈ ਆਪਾਂ ਨੂੰ ਹੁਣ।